ਜਿਹੜੇ ਸਨ ਦੂਰ ਦੁਰਾਡੇ ਦੀਆਂ ਸਿੱਖ ਸੰਗਤਾਂ ਅਕਸਰ ਜਿਹੜੀਆਂ ਆਇਆ ਕਰਦੀਆਂ ਸਨ। ਜਦੋਂ ਤੀਸਰੇ ਪਾਤਸ਼ਾਹ ਜੀ ਦੇ ਵੇਲੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚੌਥੇ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਛੇਵੇਂ ਪਾਤਸ਼ਾਹ ਜੀ ਦੇ ਵੇਲੇ ਅੰਮ੍ਰਿਤਸਰ ਦੀ ਧਰਤੀ ਤੇ ਛੇਵੇਂ ਤੇ ਸੱਤਵੇਂ ਤੇ ਅੱਠਵੇਂ ਪਾਤਸ਼ਾਹ ਜੀ ਦੇ ਵੇਲੇ ਜਿਹੜੀ ਸੀਗੀ ਤੇ ਨੌਵੇਂ ਪਾਤਸ਼ਾਹ ਜੀ ਦੇ ਅੱਠਵੇਂ ਪਾਤਸ਼ਾਹ ਵੇਲੇ ਤੱਕ ਜਿਹੜੀ ਕੀਰਤਪੁਰ ਸਾਹਿਬ ਧਰਤੀ ਤੇ ਨੌਵੇਂ ਪਾਤਸ਼ਾਹ ਜੀ ਦੇ ਵੇਲੇ ਜਿਹੜੀ ਸੀ ਇਹ ਵਿਸਾਖੀ ਦੇ ਪੁਰਬ ਜਿਹੜੇ ਸਨ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦਾ ਜਿਹੜਾ ਇਕੱਠ ਅਕਸਰ ਵਿਸਾਖੀ ਦੇ ਦਿਨਾਂ ਵਿੱਚ ਹੋਇਆ ਕਰਦਾ ਸੀ ਪਰ ਅੱਜ ਉਚੇਚੇ ਤੌਰ ਤੇ ਖਾਸ ਤੌਰ ਤੇ ਸਨੇਹੇ ਪਹੁੰਚਾਏ ਗਏ ਨੇ। ਪਤਾ ਸੀ ਕਿ ਸਿੱਖਾਂ ਦਾ ਇਕੱਠ ਹੋਏਗਾ ਤਾਂ ਜ਼ਰੂਰ, ਪਰ ਜਿਹੜੀ ਹੈ ਇਹਦੀ ਗਿਣਤੀ ਕਦੇ ਉਚੇਚੇ ਤੌਰ ਤੇ ਬਣਾਉਣ ਦੇ ਲਈ ਕਦੇ ਵੱਧ ਤੋਂ ਵੱਧ ਸਨੇਹੇ ਪਹੁੰਚਾਏ ਜਾਣ। ਤੇ ਜਦੋਂ ਇਸੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਕੀਤੇ ਹੋਏ ਦਿਨ ਮੁਕਰਨ ਦੇ ਮੁਤਾਬਕ 30 ਮਾਰਚ 1699 ਦੀ ਵਿਸਾਖੀ ਨੂੰ ਜਿਹੜਾ ਇਕੱਠਾ ਮਾਰ ਦਾ ਇਕੱਠ ਹੋਇਆ ਸੀ, ਅੰਮ੍ਰਿਤ ਵੇਲੇ ਦੀਵਾਨ ਸਜਿਆ, ਆਸਾ ਦੀ ਵਾਰ ਦਾ ਕੀਰਤਨ ਹੋਇਆ, ਉਪਰੰਤ ਜਿਹੜਾ ਸੀ ਸਤਿਗੁਰੂ ਪਾਤਸ਼ਾਹ ਜੀ ਭਰੇ ਦੀਵਾਨ ਦੇ ਵਿੱਚ ਜਿਹੜੀ ਹੈ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸਟੇਜ ਤੇ ਆਏ ਨੇ ਤੇ ਚਮਕਦੀ ਸ਼ਮਸ਼ੀਰ ਤੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਸਿਰ ਦੀ ਮੰਗ ਕੀਤੀ ਹੈ, ਉੱਠੋ ਕੋਈ ਗੁਰੂ ਦਾ ਪਿਆਰਾ ਜਿਹੜਾ ਕਦੇ ਅੱਜ ਸੀਸ ਜਿਹੜਾ ਇਹ ਭੇਟ ਕਰਨ ਲਈ ਤਿਆਰ ਹੋ ਜਾਵੇ। ਤੇ ਉਸ ਵਕਤ ਠਾਠਾਂ ਮਾਰਦੇ ਇਸ ਇਕੱਠ ਦੇ ਵਿੱਚ ਤੇ ਸਿੱਖਾਂ ਦੇ ਅਚੰਬੇ ਦੀ ਗੱਲ ਹੋ ਗਈ ਕਿ ਗੁਰੂ ਨਾਨਕ ਦਾ ਘਰ ਭਗਤੀ ਦੀ ਗੱਲ ਕਰਨ ਵਾਲਾ, ਸ਼ਕਤੀ ਦੀ ਗੱਲ ਕਰਨ ਵਾਲਾ ਤੇ ਅੱਜ ਸਿੱਖਾਂ ਦੇ ਸਿਰਾਂ ਦੀ ਮੰਗ ਕਰਨ ਲੱਗ ਗਿਆ ਹੈ। ਤੇ ਉਸ ਵਕਤ ਕਈਆਂ ਦਿਨਾਂ ਗੱਲਾਂ ਦੇ ਵਿੱਚ ਖਾਮੋਸ਼ੀ ਆ ਗਈ। ਸਤਿਗੁਰੂ ਪਾਤਸ਼ਾਹ ਜੀ ਨੇ ਦੂਸਰੀ ਆਵਾਜ਼ ਦਿੱਤੀ ਹੈ ਤੇ ਗੁਰਮੁਖ ਪਿਆਰਿਓ, ਤੇ ਫਿਰ ਜਦੋਂ ਇਸੇ ਠਾਠਾ ਮਾਰਦੇ ਇਕੱਠ ਦੇ ਵਿੱਚੋਂ ਲਾਹੌਰ ਦੀ ਧਰਤੀ ਤੋਂ ਉੱਠਣ ਵਾਲਾ ਜਿਹੜਾ ਸਿੱਖ ਸੀ ਉਹ ਭਾਈ ਦਇਆ ਰਾਮ ਸਿੰਘ ਆ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਦਾ ਕਿ ਸਤਿਗੁਰੂ ਜੀ ਅਵਗਿਆ ਹੋ ਗਈ ਕਿ ਤੁਸੀਂ ਪਹਿਲਾਂ ਆਵਾਜ਼ ਦਿੱਤੀ, ਦੂਸਰੀ ਵਾਰ ਆਵਾਜ਼ ਦਿੱਤੀ ਹੈ ਤੇ ਮੈਂ ਹੁਣ ਤੁਹਾਡੇ ਸਾਹਮਣੇ ਹਾਂ। ਸਤਿਗੁਰੂ ਪਾਤਸ਼ਾਹ ਮੇਰਾ ਤਨ ਮਨ ਧਨ ਸਭ ਤੁਹਾਡੇ ਅੱਗੇ ਜਿਹੜਾ ਅਰਪਿਤ ਹੈ, ਕਿਉਂਕਿ ਗੱਲ ਤਾਂ ਹੁਕਮ ਦੀ ਭਾਵਨਾ ਦੇ ਵਿੱਚ ਹੈ ਨਾ। ਕਿਉਂਕਿ ਜਦੋਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਆ, ਸਤਿਗੁਰੂ ਪਾਤਸ਼ਾਹ ਜੀ ਵੀ ਕਹਿੰਦੇ ਜਦੋਂ ਸਿੱਖ ਆਪਣੇ ਗੁਰੂ ਦੇ ਪ੍ਰਤੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ, ਜਦੋਂ ਇਸ ਸਿਧਾਂਤ ਦੇ ਖਾਤਰ ਜਦੋਂ ਗੁਰੂ ਦੇ ਅੱਗੇ ਖੜਦਾ ਹੈ ਤੇ ਗੁਰਮੁਖ ਪਿਆਰੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਹਮਣੇ ਤੱਕਿਆ ਕਿ ਭਾਈ ਦਇਆ ਰਾਮ ਜੀ ਲਾਹੌਰ ਦੀ ਧਰਤੀ ਦਾ ਉੱਠਣ ਵਾਲਾ ਇਹ ਸਿੱਖ ਤੇ ਸਤਿਗੁਰੂ ਪਾਤਸ਼ਾਹ ਜੀ ਤੰਬੂ ਦੇ ਵਿੱਚ ਲੈ ਗਏ ਨੇ, ਬਾਹਰ ਜਦੋਂ ਫੇਰ ਆਏ ਕੀ ਤੱਕਦੇ ਨੇ ਕਿ ਸਿੱਖ ਕਿ ਜਿਹੜੀ ਸ਼ਮਸ਼ੀਰ ਪਹਿਲਾਂ ਜਿਹੜੀ ਸੀ ਉਹਦੇ ਤੇ ਕੋਈ ਵੀ ਖੂਨ ਨਹੀਂ ਤੇ ਹੁਣ ਜਿਹੜੀ ਹੈ ਇਹ ਖੂਨ ਦੀ ਭਿੱਜੀ ਹੋਈ ਕਿਰਪਾਨ
ਲੋਕਾਂ ਦੀ ਸਿੱਖਾਂ ਦੀ ਹੈਰਾਨਗੀ ਦੀ ਹੱਦ ਨਾ ਰਹੀ, ਦੂਸਰੀ ਵਾਰ ਆਵਾਜ਼ ਦਿੱਤੀ ਹੈ। ਫਿਰ ਆਇਆ ਇਹ ਭਾਈ ਧਰਮ ਜੀ, ਤੀਸਰੀ ਵਾਰ ਆਵਾਜ਼ ਦਿੱਤੀ ਭਾਈ ਹਿੰਮਤ ਜੀ, ਚੌਥੀ ਵਾਰ ਆਵਾਜ਼ ਦਿੱਤੀ ਹੈ ਭਾਈ ਜਿਹੜਾ ਸੀ ਮੌਕਮ ਦਾਸ ਜੀ, ਪੰਜਵੀਂ ਵਾਰ ਆਵਾਜ਼ ਦਿੱਤੀ ਹੈ ਭਾਈ ਸਾਹਿਬ ਜੀ। ਤੇ ਜਦੋਂ ਪੰਜਾਂ ਨੂੰ ਅੰਦਰ ਲੈ ਕੇ ਗਏ ਤੇ ਲੋਕਾਂ ਦੇ ਹੈਰਾਨਗੀ ਦੀ ਹੱਦ ਨਾ ਰਹੀ, ਅੱਜ ਗੁਰੂ ਕਿਹੜਾ ਕੁੱਤਕ ਵਰਤਾ ਰਿਹਾ ਹੈ, ਅੱਜ ਗੁਰੂ ਕਿਹੜਾ ਵਰਤਾਰਾ ਵਰਤਾ ਰਿਹਾ ਹੈ। ਪਰ ਜਦੋਂ ਸਤਿਗੁਰੂ ਪਾਤਸ਼ਾਹ ਜੀ ਪੰਜਾਂ ਨੂੰ ਅੰਦਰ ਲਿਜਾਣ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਜਦੋਂ ਬਾਹਰ ਆਏ ਤੇ ਫਿਰ ਜਿਹੜੀ ਸ਼ਮਸ਼ੀਰ ਨੂੰ ਸਾਫ਼ ਕਰਕੇ ਜਿਹੜੇ ਮਿਆਨ ਦੇ ਵਿੱਚ ਪਾ ਦਿੱਤੀ ਹੈ, ਜਦੋਂ ਮਿਆਨ 'ਚ ਪਾਈ ਤੇ ਉਹੀ ਜਿਨ੍ਹਾਂ ਨੂੰ ਬਾਹਰੋਂ ਬਾਰੀ ਅੰਦਰ ਲੈ ਕੇ ਗਏ ਸਨ, ਤੇ ਜਦੋਂ ਉਹੀ ਸਿੰਘ ਬਾਹਰ ਤਿਆਰ ਬਰ ਤਿਆਰ ਤੇ ਬਾਣੇ ਦੇ ਧਾਰਨੀ ਤੇ ਜਦੋਂ ਬਾਹਰ ਪ੍ਰਤੱਖ ਤੌਰ ਤੇ ਖਲੋ ਗਏ ਆ ਕੇ ਤੇ ਸੱਤ ਜਾਣਿਓ, ਤੇ ਜਿਹੜੀ ਉਸ ਵਕਤ ਠਾਠਾ ਮਾਰਦੇ ਇਕੱਠ ਦੇ ਵਿੱਚ ਸਿੱਖਾਂ ਦੇ ਹੈਰਾਨਗੀ ਦੀ ਹੱਦ ਨਾ ਰਹੀ, ਅੱਜ ਗੁਰੂ ਕਿਹੜਾ ਭਾਣਾ ਵਰਤਾ ਰਿਹਾ ਹੈ। ਜਿਹਨੂੰ ਸੋਚਦੇ ਸਨ ਗੁਰੂ ਨੇ ਅੱਜ ਹੋ ਸਕਦਾ ਉਹਨਾਂ ਦੇ ਸਿਰ ਕਤਲ ਕਰ ਦਿੱਤੇ ਹੋਣਗੇ, ਪਰ ਜਿਹੜਾ ਲਹੂ ਦਿਸ ਰਿਹਾ ਸੀ, ਪਰ ਅਸਲ ਦੇ ਵਿੱਚ ਤਾਂ ਇਹ ਤਾਂ ਸਾਰੇ ਜਿੰਦਾ ਨੇ ਤੇ ਤਿਆਰ ਬਰ ਤਿਆਰ ਹੋ ਕੇ ਸਾਹਮਣੇ ਖਲੋ ਗਏ ਨੇ। ਤੇ ਉਸ ਵਕਤ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਤੇ ਇਸ ਪੰਜਾਂ ਨੂੰ ਤੇ ਫਿਰ ਅੰਮ੍ਰਿਤ ਦੀ ਦਾਤ ਦੇਣ ਦੇ ਲਈ ਤੇ ਫਿਰ ਉੱਪਰ ਕਰਿਆ ਜਿਹੜੀ ਆਰੰਭ ਕੀਤੀ, ਬਾਟਾ ਮੰਗਾਇਆ ਗਿਆ, ਸਰਗਲੂ ਦਾ ਬਾਟਾ, ਉਹਦੇ ਵਿੱਚ ਜਲ ਪਾਇਆ ਗਿਆ, ਪਤਾਸੇ ਪਾਏ ਗਏ ਤੇ ਜਿਹੜਾ ਸੀ ਪੰਜ ਵਸਤੂਆਂ ਵਰਤੀਆਂ ਤੇ ਪੰਜ ਬਾਣੀਆਂ ਦਾ ਆਰਾਧਨ ਕੀਤਾ ਗਿਆ। ਆਰਾਧਨ ਕਰਨ ਤੋਂ ਬਾਅਦ ਤੇ ਜਦੋਂ ਜਿਹੜਾ ਸੀ ਪੰਜ ਪਿਆਰਿਆਂ ਨੇ ਇਹ ਅੰਮ੍ਰਿਤ ਤਿਆਰ ਸਤਿਗੁਰੂ ਪਾਤਸ਼ਾਹ ਜੀ ਨੇ ਕੀਤਾ ਹੈ ਨਾ, ਤੇ ਫਿਰ ਇਹਨਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਹੈ। ਅੰਮ੍ਰਿਤ ਛਕਾਉਣ ਉਪਰੰਤ ਜਿਹੜਾ ਸੀ ਸਤਿਗੁਰੂ ਪਾਤਸ਼ਾਹ ਜੀ ਆਪ ਫਿਰ ਸਾਹਮਣੇ ਖਲੋ ਗਏ, ਪੰਜ ਪਿਆਰਿਆਂ ਨੂੰ ਸੰਬੋਧਨ ਕਰਦੇ ਹੋਏ, ਖਾਲਸਾ ਜੀ ਤੇ ਤੁਹਾਡੇ ਤੇ ਕਿਰਪਾ ਹੋਈ ਮਾਲਕ ਦੀ, ਤੁਹਾਨੂੰ ਵੱਡੀ ਅਮੁੱਲੀ ਦਾਤ, ਇਹ ਦਾਤ ਕਿਤੇ ਮੈਨੂੰ ਵੀ ਮਿਲ ਜਾਏ। ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਇਹ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਤਾਕੀਦ ਕਰਦਿਆਂ ਹੋਇਆ ਕਿ ਸਿੱਖਾ ਅੱਜ ਤੂੰ ਖਾਲਸਾ ਏ, ਤੇਰੇ ਦੇ ਨਾਲ ਜਿਹੜਾ ਸਿੰਘ ਜਿਹੜਾ ਹੈ ਉਹ ਨਾਮ ਲੱਗੇਗਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਦਿੱਤੇ ਹੋਏ ਇਹ ਨਾਮ ਤੌਰ ਤੇ ਅਸੀਸਾਂ ਸਨ ਕਿ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਕਾ ਦੇ ਪੱਖ ਦੇ ਵਿੱਚ ਦੁਨੀਆਂ ਦੇ ਇਤਿਹਾਸ ਦੇ ਵਿੱਚ ਅਜਿਹੀ ਅੱਜ ਤੱਕ ਨਾ ਮਿਸਾਲ ਕਦੇ ਹੋਏਗੀ ਤੇ ਨਾ ਗੁਰਮੁਖ ਪਿਆਰਿਓ ਕਦੇ ਹੋਏਗੀ। ਤੇ ਗੁਰਮੁਖ ਪਿਆਰਿਓ ਤੇ ਖਾਲਸੇ ਦਾ ਪਹਿਲਾ ਗੁਣ ਸੀ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਸੀ, ਤੇ ਖਾਲਸੇ ਦੇ ਗੁਣ ਦੇ ਵਿੱਚ ਸਭ ਤੋਂ ਵੱਡੀ ਹੈ, ਪਹਿਲਾ ਕੰਮ ਹੋਏਗਾ ਕਿ ਇਹਦੇ ਖਾਲਸੇ ਦੇ ਵਿੱਚ ਦਇਆ ਹੋਏਗੀ। ਤੇ ਜਦੋਂ ਤੁਸੀਂ ਦੁਨੀਆਂ ਨੂੰ ਦੇਖੋਗੇ ਨਾ ਤੇ ਗੁਰਮੁਖ ਪਿਆਰਿਓ ਦੁਨੀਆਂ ਦੇ ਵਿੱਚ ਬੜੀਆਂ ਕੌਮਾਂ ਨੇ, ਦੁਨੀਆਂ ਦੇ ਵਿੱਚ ਬੜੇ ਦੇਸ਼ਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਭਾਵ ਰਹਿਣ ਵਾਲੇ ਲੋਕ ਨੇ, ਪਰ ਕਈ ਲੋਕਾਂ ਦੇ ਵਿੱਚ ਕਈ ਕੌਮਾਂ ਐਸੀਆਂ ਨੇ ਜਿਨ੍ਹਾਂ ਦੇ ਕੋਲੇ ਤੇ ਗੁਰਮੁਖ ਪਿਆਰਿਓ ਦਇਆ ਨਾਮ ਦੀ ਕੋਈ ਚੀਜ਼ ਹੀ ਨਹੀਂ, ਜਿਨ੍ਹਾਂ ਦੇ ਵਿੱਚ
ਦਿਆ ਨਹੀਂ ਹੈ ਤੇ ਉਹ ਮਨੁੱਖਤਾ ਤੇ ਉਹਨਾਂ ਨੇ ਫਿਰ ਜ਼ੁਲਮ ਕੀਤੇ ਨੇ, ਅੱਤ ਦੇ ਜ਼ੁਲਮ ਕੀਤੇ ਨੇ ਤੇ ਜਿਹਦੇ ਕੋਲੇ ਦਿਆ ਹੀ ਨਹੀਂ ਤੇ ਗੁਰਮੁਖ ਪਿਆਰੇ ਉਹ ਧਰਮ ਨੂੰ ਕਿਸ ਤਰ੍ਹਾਂ ਕਮਾ ਲਏਗਾ। ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਧੌਲ ਧਰਮ ਦਇਆ ਕਾ ਪੂਤ, ਦਇਆ ਵੀ ਕੇ ਗੁਰਮੁਖ ਪਿਆਰਿਓ ਸਭ ਤੋਂ ਪਹਿਲਾਂ ਮਨੁੱਖ ਦਾ ਕਰਮ ਹੈ ਦਇਆ, ਤੇ ਜਿੱਥੇ ਦਇਆ ਹੋਏਗੀ ਧਰਮ ਵੀ ਉੱਥੇ ਹੋਏਗਾ। ਤੇ ਜਦੋਂ ਦੁਨੀਆਂ ਦੇ ਲੋਕਾਂ ਨੂੰ ਧਰਮ ਦੀ ਸਮਝ ਲੱਗੀ ਹੈ ਨਾ, ਤੇ ਉਸ ਵਕਤ ਮਨੁੱਖ ਨੂੰ ਇਹ ਵੀ ਗੁਰੂ ਪਾਤਸ਼ਾਹ ਜੀ ਨੇ ਕਿਹਾ, ਕਹਿੰਦੇ ਧਰਮ ਵੀ ਉੱਥੇ ਹੋਏਗਾ ਕਿ ਜਿੱਥੇ ਦਇਆ ਹੋਏਗੀ। ਤੇ ਦਇਆ ਕਦੇ ਤੁਸੀਂ ਵੇਖੋ, ਲਾਹੌਰ ਤੋਂ ਉੱਠਣ ਵਾਲਾ ਇਹ ਜਿਹੜਾ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਇਹ ਸਿੰਘ ਸੀ, ਉਹ ਦਇਆ ਜਿੱਥੇ ਕਦੇ ਲਾਹੌਰ ਦੀ ਉਹ ਧਰਤੀ ਜਿੱਥੇ ਕਦੇ ਗੁਰੂ ਨਾਨਕ ਪਾਤਸ਼ਾਹ ਜੀ ਵੀ ਗਏ ਸਨ, ਜਿੱਥੇ ਕਦੇ ਅੰਮ੍ਰਿਤ ਵੇਲੇ ਕਦੇ ਇੰਨਾ ਜ਼ੁਲਮ ਹੁੰਦਾ ਸੀ ਜ਼ਾਲਮਾਂ ਵੱਲੋਂ, ਤੇ ਇਹ ਲਾਹੌਰ ਦਾ ਸ਼ਹਿਰ ਹੀ ਕਦੇ ਇਸ ਤਰ੍ਹਾਂ ਦਾ ਬਣ ਗਿਆ ਸੀ, ਜਿਸ ਦੇ ਬਾਬਤ ਸਤਿਗੁਰੂ ਪਾਤਸ਼ਾਹ ਬਾਣੀ ਦੇ ਵਿੱਚ ਸਮਝਾਉਂਦੇ ਨੇ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਜਿੱਥੇ ਅੰਮ੍ਰਿਤ ਵੇਲੇ ਲੋਕ ਤਰ੍ਹਾਂ ਤਰ੍ਹਾਂ ਕਰਦੇ ਸਨ, ਚੀਕਾਂ ਧਾਹਾਂ ਮਾਰਦੇ ਸਨ, ਜਿੱਥੇ ਕਦੇ ਦਇਆ ਨਾਮ ਦੀ ਕੋਈ ਚੀਜ਼ ਨਹੀਂ ਸੀ ਤੇ ਲੋਕਾਂ ਦੇ ਉੱਤੇ ਜ਼ੁਲਮ ਕੀਤੇ ਜਾਂਦੇ ਸਨ, ਸਤਿਗੁਰੂ ਪਾਤਸ਼ਾਹ ਜੀ ਨੇ ਇਸ ਖਾਲਸੇ ਦੇ ਵਿੱਚ ਪਹਿਲਾ ਕਰਮ ਜਿਹੜਾ ਉਸੇ ਧਰਤੀ ਤੋਂ ਉੱਠਣ ਵਾਲੀ ਜਿਹੜੀ ਹੈ ਦਇਆ ਪੈਦਾ ਹੋਈ ਸੀ, ਜੋ ਖਾਲਸੇ ਦਾ ਪਹਿਲਾ ਗੁਣ ਬਣੀ ਸੀ। ਆਇਆ ਚੱਲ ਕੇ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਦਿੱਲੀ, ਉਹ ਸਥਾਨ ਜਿੱਥੇ ਧਰਮ ਦੀ ਕੋਈ ਜਿਹੜੀ ਸੀ ਵਿਵਸਥਾ ਨਹੀਂ ਸੀ, ਜਿੱਥੇ ਧਰਮ ਦਾ ਕੋਈ ਵੀ ਸਾਥ ਪੱਖ ਨਹੀਂ ਸੀ, ਦਿੱਲੀ ਉਹ ਜਿੱਥੇ ਕਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਜਿਹੜੀ ਸ਼ਹਾਦਤ ਹੁੰਦੀ ਪਈ ਹੈ, ਦਿੱਲੀ ਉਹ ਜਿੱਥੇ ਕਦੇ ਧਰਮ ਨਹੀਂ ਸੀ ਉੱਥੋਂ ਹੀ ਧਰਮ ਉੱਠਣ ਵਾਲਾ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਖਾਲਸੇ ਦਾ ਜਿਹੜਾ ਇਹ ਗੁਣ ਬਣਾ ਦਿੱਤਾ ਹੈ। ਇਹ ਪਹਿਲਾ ਗੁਣ ਸੀ ਜਿਹੜਾ ਸੀ ਇਹ ਦਇਆ, ਦੂਸਰਾ ਗੁਣ ਸੀ ਕਿ ਸਿੱਖਾ ਧਰਮ ਨੂੰ ਕਮਾਉਣਾ ਹੈ, ਤੇ ਧਰਮ ਨੂੰ ਕਮਾਉਣਾ ਕਿਸ ਤਰ੍ਹਾਂ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਬਾਣੀ ਦੇ ਵਿੱਚ ਸਮਝਾਇਆ ਸੀ, ਕਹਿੰਦੇ ਪੋਥੀ ਪੁਰਾਣ ਕਮਾਈਆ ਭਉ ਵੱਟੀ ਇਤ ਦੰਦ ਪਾਈਐ, ਸੱਚ ਬੁੱਝਣ ਆਣ ਚਲਾਈਐ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋ ਮਿਲੈ। ਸਿੱਖਾਂ ਧਰਮ ਨੂੰ ਕਮਾ ਲਏਗਾ ਜਦੋਂ ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰੇਗਾ, ਤੇ ਜਿਹੜਾ ਸੀ ਪੋਥੀਆਂ ਪੁਰਾਣ ਦੀ ਕਮਾਈ ਨੂੰ ਪੋਥੀ ਪੁਰਾਣ ਭਾਵ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਆਰਾਧਨ ਕਰੇਗਾ, ਗੁਰੂ ਸਾਹਿਬ ਦੀ ਬਾਣੀ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰੇਗਾ, ਤੇਰੇ ਅੰਦਰ ਚਾਨਣ ਹੋ ਜਾਏਗਾ, ਤੇਰੇ ਅੰਦਰ ਸੱਚ ਆ ਜਾਏਗਾ, ਤੇ ਸੱਚ ਦੀ ਜਿਹੜੀ ਹੈ ਚਿੜਗ ਲੱਗਣ ਦੇ ਕਾਰਨ ਤੂੰ ਜ਼ਿੰਦਗੀ ਦੇ ਵਿੱਚ ਸੱਚ ਕਮਾਏਗਾ, ਤੇਰੀ ਜ਼ਿੰਦਗੀ ਦੇ ਵਿੱਚ ਧਰਮ ਦੀ ਕਮਾਈ ਆ ਜਾਏਗੀ, ਤੇ ਸੱਚ ਦੀ ਖਾਤਰ ਤੂੰ ਧਰਮ ਨੂੰ ਕਮਾਉਣ ਦੇ ਲਈ ਜੇ ਕਿਤੇ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਵੇ ਤੇ ਵਿਪਤਾਂ ਦਾ ਵੀ ਸਾਹਮਣਾ ਕਰਨ ਵਾਲ ਪਵੇ, ਤੇ ਖਾਲਸਾ ਕਦੇ ਪਿਛਾਂ ਨਹੀਂ ਜੇ ਹਟੇਗਾ। ਤੇ ਖਾਲਸੇ ਦਾ ਦੂਸਰਾ ਕਰਮ ਬਣਾਇਆ ਸੀ ਤੇ ਗੁਰਮੁਖ ਪਿਆਰ ਧਰਮ ਨੂੰ ਕਿਵੇਂ ਕਮਾਉਣਾ, ਤੀਸਰਾ ਸਾਧਨ ਬਣਿਆ ਸੀ ਗੁਣ ਸੀ ਤੇ ਗੁਰਮੁਖ ਪਿਆਰਿਓ ਹਿੰਮਤ, ਤੇ ਹਿੰਮਤ ਤੋਂ ਬਗੈਰ ਤਾਂ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਨਾ। ਆ ਤੁਸੀਂ ਦੇਖੋ ਪਰਿਵਾਰ ਦੀ ਜ਼ਿੰਦਗੀ, ਸਮਾਜ ਦੀ ਜ਼ਿੰਦਗੀ, ਕਈ ਵਾਰੀ ਮਨੁੱਖ ਪਰਿਵਾਰਕ ਤੌਰ ਤੇ ਵੱਡੇ ਵੱਡੇ ਫੈਸਲੇ ਲੈ ਲੈਂਦਾ ਹੈ ਵੀ ਆਹ ਕੰਮ ਮੈਂ ਇਸ ਤਰ੍ਹਾਂ ਕਰਨਾ ਹੈ, ਚਾਰ ਬੰਦਿਆਂ ਨਾਲ ਕਈ ਵਾਰੀ ਸਲਾਹ ਵੀ ਕਰ ਲੈਂਦਾ ਹੈ ਕਿ ਇਸ ਤਰ੍ਹਾਂ ਪਰਿਵਾਰ ਦੇ ਵਿੱਚ ਸਮਾਜ ਦੇ ਵਿੱਚ ਰਹਿੰਦੇ ਆਹ ਕਾਰਜ ਮੈਂ ਇਸ ਤਰ੍ਹਾਂ ਕਰਨਾ ਚਾਹੁੰਦਾ। ਕਈ ਵਾਰੀ ਮਨੁੱਖ ਗੱਲਾਂ ਤਾਂ ਬਹੁਤ ਵੱਡੀਆਂ ਕਰ ਲੈਂਦਾ ਹੈ ਪਰ ਜੇ ਹਿੰਮਤ ਨਹੀਂ,
ਹੌਸਲਾ ਨਹੀਂ ਤੇ ਉਹ ਗੱਲਾਂ ਕੇਵਲ ਖੁਸ਼ੀਆਂ ਹੀ ਲੈ ਜਾਂਦੀਆਂ ਨੇ। ਤੇ ਗੁਰਮੁਖ ਪਿਆਰਿਓ, ਧਰਮ ਨੂੰ ਕਮਾਉਣ ਵਾਲਾ ਬਹੁਤ ਵੱਡਾ ਜਿਗਰੇ ਵਾਲਾ ਹੁੰਦਾ ਹੈ, ਧਰਮ ਨੂੰ ਕਮਾਉਣ ਵਾਲਾ ਅੱਤ ਦਾ ਹੌਸਲੇ ਵਾਲਾ ਹੁੰਦਾ ਹੈ। ਜਦੋਂ ਤੁਸੀਂ ਆਨੰਦ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹਾਂ ਨਾ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਵੇਖੋ ਜਿਹੜਾ ਧਰਮ ਨੂੰ ਕਮਾਉਣ ਦੇ ਲਈ ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰਿਆ ਸੀ ਨਾ, ਤੇ ਫਿਰ ਉਹ ਕੋਈ ਆਮ ਨਹੀਂ ਸੀ, ਉਹ ਸ੍ਰੇਸ਼ਟ ਸੀ, ਜਿਹਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਪੰਜ ਪਰਮਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿਵਾਨ। ਕਹਿਣ ਲੱਗੇ ਫਿਰ ਉਹਦੀਆਂ ਗੱਲਾਂ, ਉਹਦੇ ਕਰਮ, ਉਹਦੀ ਉੱਠਣੀ, ਉਹਦੀ ਬੈਠਣੀ, ਉਹਦੇ ਗੱਲ ਕਰਨ ਦਾ ਸਿਧਾਂਤ, ਉਹਦੇ ਨਿਆਰਾਪਣ, ਤੇ ਉਹ ਸੰਸਾਰੀਆਂ ਦੀ ਤਰ੍ਹਾਂ ਨਹੀਂ ਸੀ, ਉਹ ਆਮ ਲੋਕਾਂ ਦੀ ਤਰ੍ਹਾਂ ਨਹੀਂ ਸੀ, ਉਹਨਾਂ ਦਾ ਤਾਂ ਜੀਵਨ ਦਾ ਆਧਾਰ ਸੀ, ਕਿਉਂਕਿ ਉਹ ਨਿਰੰਕਾਰੀ ਬਣ ਗਏ ਸਨ, ਇੱਕ ਰੱਬ ਨੂੰ ਮੰਨਣ ਵਾਲੇ ਬਣ ਗਏ ਸਨ, ਉਹਨਾਂ ਦੀ ਸੋਚ ਕੋਈ ਸੰਸਾਰੀ ਨਹੀਂ ਸੀ। ਇਸੇ ਕਰਕੇ ਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ ਕਿ ਆਹ ਦੋ ਲੋਕਾਂ ਦੀ ਕਦੇ ਵੀ ਸੋਚ ਆਪਸ ਦੇ ਵਿੱਚ ਮਿਲ ਨਹੀਂ ਸਕਦੀ। ਉਹ ਦੋ ਲੋਕ ਕਿਹੜੇ ਸਨ? ਭਗਤਾਂ ਤੇ ਸੰਸਾਰੀਆਂ, ਕਦੇ ਜੋੜ ਨਾ ਆਇਆ। ਜਿਹੜੇ ਸੰਸਾਰ ਨੂੰ ਮੰਨਣ ਵਾਲੇ ਨੇ ਉਹ ਕਦੇ ਨਿਰੰਕਾਰ ਦੀ ਤੇ ਗੁਰੂ ਦੀ ਨਹੀਂ ਕਦੇ ਮੰਨਣਗੇ, ਤੇ ਜਿਹੜੇ ਨਿਰੰਕਾਰ ਦੀ ਤੇ ਗੁਰੂ ਦੀ ਮੰਨਣ ਵਾਲੇ ਨੇ ਤੇ ਉਹਨਾਂ ਦਾ ਜੀਵਨ ਦਾ ਢੰਗ ਜੀਣਾ ਹੀ ਵੱਖਰਾ ਹੋਏਗਾ, ਉਹ ਕਦੇ ਸੰਸਾਰੀਆਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਨਹੀਂ ਜੇ ਕਰਨਗੇ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਉਹ ਪੱਖ ਕਿ ਜਿਹੜੇ ਕਦੇ ਨਿਰੰਕਾਰ ਤੇ ਗੁਰੂ ਦੇ ਹੁਕਮ ਨੂੰ ਮੰਨਣ ਵਾਲੇ ਸਨ, ਉਹਨਾਂ ਦੇ ਰਸਤੇ ਭਾਵੇਂ ਔਖੇ ਸਨ, ਪਰ ਉਹਨਾਂ ਨੇ ਹੌਸਲੇ ਨਾਲ ਜ਼ਿੰਦਗੀ ਬਤੀਤ ਕੀਤੀ, ਕਿਉਂਕਿ ਉਹਨਾਂ ਕੋਲੇ ਹਿੰਮਤ ਸੀ। ਉਹਨਾਂ ਕੋਲੇ ਹਿੰਮਤ ਹੋਣ ਦੇ ਕਾਰਨ ਉਹਨਾਂ ਦੀ ਚਾਲ ਵੱਖਰੀ ਸੀ, ਉਹਨਾਂ ਦੇ ਜੀਣ ਦਾ ਢੰਗ ਵੱਖਰਾ ਸੀ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਕਮ ਮਾਰਗ ਚੱਲਣਾ। ਉਹਨਾਂ ਦਾ ਰਾਹ ਭਾਵੇਂ ਔਖਾ ਸੀ, ਪਰ ਉਹ ਆਪਣੇ ਰਾਹ ਤੇ ਕਦੇ ਛਿੜਕੇ ਨਹੀਂ, ਕਦੇ ਘਬਰਾਏ ਨਹੀਂ, ਕਿਉਂਕਿ ਜਿਹੜੀ ਉਹ ਤਾਕਤ ਸੀ ਉਹ ਧਰਮ ਦੇ ਵਿੱਚੋਂ, ਧਰਮ ਨੂੰ ਕਮਾਉਣ ਕਰਕੇ ਨਿਕਲੀ ਸੀ। ਉਹ ਜਿਹੜੀ ਹਿੰਮਤ ਸੀ ਉਹ ਦਇਆ ਦੇ ਵਿੱਚੋਂ ਆਈ ਸੀ, ਉਹ ਜਿਹੜੀ ਤਾਕਤ ਸੀ ਉਹ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਉਹ ਤਾਕਤ ਆਈ ਸੀ, ਉਹ ਸੂਰਮਾ ਸੀ ਜਿਹਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕ ਹੈ, ਜਾ ਕਾ ਸਤਿਗੁਰੂ ਪੂਰਾ। ਤੇ ਗੁਰਮੁਖ ਪਿਆਰੇ, ਖਾਲਸੇ ਦਾ ਜਿਹੜਾ ਸੀ ਇਹ ਤੀਸਰਾ ਕਰਮ ਸੀ ਇਹ ਹਿੰਮਤ, ਤੇ ਹਿੰਮਤ ਹੀ ਸੀ ਗੁਰਮੁਖ ਪਿਆਰਿਓ ਜਿਹੜੀ ਕਦੇ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਨਾਲ ਲੜਨ ਦੀ ਇਹ ਤਾਕਤ ਬਖਸ਼ਦੀ ਸੀ। ਇਹ ਤਾਂ ਗੁਰੂ ਦਾ ਉਹ ਸੂਰਮਾ ਸੀ ਜਿਹੜਾ ਕਦੇ, ਇੱਕ ਸੂਰਮਾ ਉਹ ਹੈ ਗੁਰਮੁਖ ਪਿਆਰਿਓ ਜਿਹੜਾ ਕਦੇ ਜੰਗ ਦੇ ਮੈਦਾਨ ਦੇ ਵਿੱਚ ਲੜਦਾ ਹੈ, ਦੁਸ਼ਮਣਾਂ ਦੇ ਨਾਲ ਲੜਦਾ ਹੈ, ਲੜਦਿਆਂ ਲੜਦਿਆਂ ਸ਼ਹਾਦਤ ਪ੍ਰਾਪਤ ਕਰਦਾ ਹੈ। ਪਰ ਗੁਰਮੁਖ ਪਿਆਰਿਓ, ਦੁਨੀਆਂ ਦੇ ਵਿੱਚ ਯੋਧੇ ਬਹੁਤ ਹੋਏ ਨੇ, ਸੂਰਬੀਰ ਬਹੁਤ ਹੋਏ ਨੇ, ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਖਾਲਸੇ ਦੇ ਗੁਣਾਂ ਦਾ ਧਾਰਨੀ ਤੇ ਜਿਹੜਾ ਇਹ ਖਾਲਸਾ ਉਹ ਸੀ, ਸਿੰਘ ਉਹ ਸੀ ਜਿਹਨੇ ਕਦੇ ਲੜਦਿਆਂ ਲੜਦਿਆਂ ਬਾਣੀ ਦਾ ਨਾਮ ਜਪਦਿਆਂ ਅੰਮ੍ਰਿਤ ਵੇਲਾ ਸੰਭਾਲਦਿਆਂ ਹੋਇਆਂ ਕੇਵਲ ਆਪਣੇ ਅੰਦਰਲੇ ਕਾਮਦਾਇਕ ਵਾਰ ਵੈਰੀਆਂ ਦੇ ਉੱਤੇ ਹੀ ਜਿੱਤ ਨਹੀਂ ਸੀ ਪ੍ਰਾਪਤ ਕੀਤੀ,
ਜਿਹੜਾ ਕਦੇ ਅੰਦਰ ਦੇ ਵੈਰੀਆਂ ਤੇ ਜਿੱਤ ਪ੍ਰਾਪਤ ਕਰਨ ਵਾਲਾ ਸੀ, ਇੱਕ ਦਿਨ ਉਹਨੇ ਸੰਸਾਰਿਕ ਪੱਧਰ ਤੇ ਵੀ ਵੈਰੀਆਂ ਤੇ ਜਿੱਤ ਪ੍ਰਾਪਤ ਕੀਤੀ ਸੀ ਜੀ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ, ਮੇਰਾ ਖਾਲਸਾ ਮੇਰਾ ਸਿੰਘ ਉਹ ਕਦੇ ਅੰਦਰੋਂ ਵੀ ਤਾਕਤਵਰ ਹੋਏਗਾ, ਉਹ ਕਦੇ ਬਾਹਰੋਂ ਵੀ ਤਾਕਤਵਰ ਹੋਏਗਾ। ਕਦੇ ਇਹ ਨਹੀਂ ਕਿ ਉਹ ਗੱਲਾਂ ਕੁਛ ਹੋਰ ਕਰੇ ਕੁਛ ਹੋਰ। ਤੇ ਇੱਥੇ ਤਾਂ ਗੱਲ ਤਾਂ ਕੇਵਲ ਇੰਨੀ ਸੀ ਕਿ ਦਿਲੋਂ ਮੁਹੱਬਤ ਸਹੀ ਜਿਨ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸਿੱਖਾਂ ਦੇ ਕੱਚਿਆ। ਇੱਥੇ ਤਾਂ ਉਹਨਾਂ ਦੀ ਹਿੰਮਤ ਦੀ ਤਾਕਤ ਦੀ ਗੱਲ, ਜੋ ਉਹਨਾਂ ਦੀ ਕਹਿਣੀ ਤੇ ਕਥਨੀ ਤੇ ਕਰਨੀ ਜਿਹੜੀ ਸੀ ਇੱਕੋ ਹੀ ਸੀ। ਤੇ ਗੁਰਮੁਖ ਪਿਆਰਿਓ, ਉਹਨਾਂ ਦੀ ਕਰਨੀ ਕਥਨੀ ਇੱਕ ਇਸ ਕਰਕੇ ਸੀ ਕਿਉਂਕਿ ਉਹਨਾਂ ਕੋਲੇ ਖਾਲਸੇ ਦਾ ਚੌਥਾ ਗੁਣ ਜਿਹੜਾ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਆ ਸੀ ਉਹ ਮੌਕਮ ਸੀ। ਮੌਕਮ ਦਾ ਅਰਥ ਹੈ ਪੱਕਾ ਦ੍ਰਿੜ ਅਰਾਦੇ ਵਾਲਾ। ਤੇ ਗੁਰਮੁਖ ਪਿਆਰਿਓ, ਖਾਲਸੇ ਦਾ ਜਿਹੜਾ ਗੁਣ ਸੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਗੁਣ ਜਿਹੜਾ ਸੀ ਖਾਲਸੇ ਨੂੰ ਬਖਸ਼ਿਸ਼ ਕੀਤਾ ਸੀ ਉਹ ਸੀ ਦ੍ਰਿੜਤਾ। ਤੇ ਦ੍ਰਿੜਤਾ ਉਹ ਵੀ ਜਿਹੜਾ ਇੱਕ ਵਾਰੀ ਸੰਕਲਪ ਕਰ ਲਿਆ ਕੰਮ ਲਈ ਤੇ ਫਿਰ ਉਹ ਕਰਕੇ ਹੀ ਹਟਣਾ ਹੈ, ਉਹਦੇ ਲਈ ਫਿਰ ਭਾਵੇਂ ਵੱਡੀਆਂ ਔਖੀਆਂ ਆ ਜਾਣ ਉਸ ਸੰਕਲਪ ਨੂੰ ਪੂਰਾ ਕਰਨਾ ਹੀ। ਇਹ ਖਾਲਸੇ ਦਾ ਚੌਥਾ ਗੁਣ ਸੀ ਜਿਹੜੀ ਦ੍ਰਿੜਤਾ ਸੀ। ਤੁਸੀਂ ਵੇਖੋ ਕਿੱਡੀ ਦ੍ਰਿੜਤਾ ਦੇ ਪੱਖ ਦੇ ਵਿੱਚ ਇਤਿਹਾਸ ਦੇ ਵਿੱਚ ਕਈ ਉਦਾਹਰਣਾਂ ਨੇ। ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਪਸ਼ਾਵਰ ਤੇ ਹਮਲਾ ਕਰਨਾ ਸੀ, ਅਟਕਦਾ ਦਰਿਆ ਜੀ। ਤੇ ਉਸ ਵਕਤ ਨਾ ਜਥੇਦਾਰ ਅਕਾਲੀ ਫੁੱਲਾ ਸਿੰਘ ਜੀ ਨੇ ਅਰਦਾਸਾ ਸੋਧ ਦਿੱਤਾ ਕਿ ਅਸੀਂ ਹੁਣ ਜਿਹੜਾ ਇਹ ਪਸ਼ਾਵਰ ਤੇ ਕੂਚ ਕਰਨਾ ਹੈ, ਅਟਕ ਦਰਿਆ ਚੜਿਆ ਹੋਇਆ ਹੈ, ਇਹਦਾ ਪਾਣੀ ਉਹਦਾ ਬਹਾਓ ਬੜਾ ਤੇਜ਼ ਹੈ। ਇੰਨੇ ਨੂੰ ਨਾ ਇੱਕ ਸਿੱਖ ਆ ਕੇ ਖਬਰ ਦਿੰਦਾ ਹੈ, ਕਹਿੰਦੇ ਮਹਾਰਾਜ ਰਣਜੀਤ ਸਿੰਘ ਜੀ ਕਹਿਣ ਲੱਗ ਪਸ਼ਾਵਰ ਦੀ ਫੌਜ ਦੇ ਕੋਲੇ ਤਾਂ ਬੜੀਆਂ ਤੋਪਾਂ ਨੇ, ਆਪਣੇ ਕੋਲੇ ਤੋਪ ਨਹੀਂ, ਕਿਉਂ ਨਾ ਥੋੜੀ ਦੇਰ ਤੱਕ ਆਪਣੇ ਕੋਲ ਵੀ ਤੋਪਾਂ ਪਹੁੰਚ ਜਾਣਗੀਆਂ ਕਿ ਆਪਾਂ ਤੋਪਾਂ ਦੇ ਨਾਲ ਕੂਚ ਕਰੀਏ। ਤੇ ਜਿਹੜਾ ਸੀ ਮਹਾਰਾਜ ਰਣਜੀਤ ਸਿੰਘ ਕਹਿਣ ਲੱਗਾ, ਜਥੇਦਾਰ ਜੀ ਕਿਉਂ ਨਾ ਸਮਾਂ ਜਿਹੜਾ ਮੁਨਾਸਬ ਹੈ ਤੇ ਆਪਾਂ ਥੋੜਾ ਦੇਰ ਰੁਕ ਜਾਈਏ। ਜਥੇਦਾਰ ਜੀ ਕਹਿਣ ਲੱਗੇ, ਮਹਾਰਾਜ ਰਣਜੀਤ ਸਿੰਘ ਇਹ ਤਾਂ ਉਸ ਪਰਮਾਤਮਾ ਦੀ ਭਾਉ ਭਾਵਨੀ ਦੇ ਵਿੱਚ ਅਰਦਾਸਾ ਸੋਧ ਚੁੱਕਾ ਹੈ, ਹੁਣ ਤਾਂ ਖਾਲਸੇ ਦਾ ਗੁਣ ਹੈ, ਖਾਲਸੇ ਦੀ ਦ੍ਰਿੜਤਾ ਹੈ ਕਿ ਅਗਾਂਹ ਨੂੰ ਤਰਾਂਗ ਫਿਰ ਪਿਛਾਂਹ ਨਾ ਮੁੜਣਾ, ਕਿ ਹੁਣ ਤਾਂ ਕਦਮ ਅੱਗੇ ਵਧੇਗਾ ਤੇ ਹੁਣ ਪਿਛਾਂਹ ਨਹੀਂ ਹੋਏਗਾ। ਹੁਣ ਤਾਂ ਖਾਲਸੇ ਨੇ ਅਰਦਾਸਾ ਸੋਧ ਦਿੱਤਾ ਹੈ ਤੇ ਹੁਣ ਇਸ ਅਰਦਾਸ ਦੇ ਵਿੱਚ ਸਾਡੇ ਨਾਲ ਅੰਗ ਸੰਗ ਸਾਡਾ ਗੁਰੂ ਹੈ, ਸਾਡਾ ਪਰਮਾਤਮਾ ਹੈ ਤੇ ਸਾਡੀ ਜਿੱਤ ਦੇ ਵਿੱਚ ਸਹਾਇਕ ਸਾਡਾ ਗੁਰੂ ਤੇ ਪਰਮਾਤਮਾ ਹੋਵੇਗਾ। ਤੇ ਗੁਰਮੁਖ ਪਿਆਰਿਓ, ਬਿਨਾਂ ਤੋਪਾਂ ਦੇ ਨਾਲ ਤੇ ਤੋਪਾਂ ਸਾਹਮਣੇ ਸਨ ਤੇ ਉਸ ਤੋਪਾਂ ਦੇ ਨਾਲ ਲੜਨ ਵਾਲੇ ਇਹ ਯੋਧੇ ਸੂਰਬੀਰ ਤੇ ਗੁਰਮੁਖ ਪਿਆਰਿਓ ਅਰਦਾਸਾ ਸੋਧ ਕੇ ਫਿਰ ਜਦੋਂ ਅੱਗੇ ਵਧੇ, ਜਦੋਂ ਘਮਸਾਨ ਦਾ ਜੰਗ ਹੋਇਆ, ਅੱਤ ਦੀਆਂ ਤੋਪਾਂ ਦੇ ਵਿੱਚੋਂ ਗੋਲੇ ਵਰਦੇ ਪਏ ਸੇ, ਪਰ ਐਡੀ ਘਮਸਾਨ ਜੰਗ ਦੇ ਵਿੱਚ ਵੀ ਗੁਰੂ ਸਹਾਈ ਹੋਇਆ, ਪਰਮਾਤਮਾ ਸਹਾਈ ਹੋਇਆ ਤੇ ਇਸ ਜੰਗ ਦੇ ਵਿੱਚ ਜਿੱਤ ਪ੍ਰਾਪਤ ਹੋਈ ਸੀ। ਗੁਰਮੁਖ ਪਿਆਰਿਓ, ਕਹਿਣ ਦਾ ਭਾਵ ਖਾਲਸੇ ਦੇ ਗੁਣਾਂ ਦੇ ਵਿੱਚ ਜਿਹੜਾ ਸੀ ਮੌਕਮ ਸੀ, ਐਡੀ ਕੁ ਦ੍ਰਿੜਤਾ ਸੀ ਤੇ ਖਾਲਸੇ ਦਾ ਪੰਜਵਾਂ ਗੁਣ ਸੀ ਗੁਰਮੁਖ ਪਿਆਰਿਓ ਸਾਹਿਬ। ਸਾਹਿਬ ਦਾ ਅਰਥ ਹੈ ਨਿਮਰਤਾ, ਸਾਹਿਬ ਦਾ ਅਰਥ ਹੈ ਗਰੀਬੀ। ਦੁਨੀਆਂ ਦੇ ਇਤਿਹਾਸ ਦੇ ਵਿੱਚ ਤੁਸੀਂ ਵੇਖੋ ਜਿਹੜਾ ਕਦੇ ਅੱਤ ਦਾ ਯੋਧਾ ਹੋਇਆ ਨਾ, ਕਿਤੇ ਨਾ ਕਿਤੇ ਉਹ ਹੰਕਾਰੀ ਵੀ ਜ਼ਰੂਰ ਹੋਇਆ ਹੈ। ਜਿਸਦੇ ਕੋਲ ਸੱਤਾ ਹੋਏਗੀ, ਜਿਸਦੇ ਕੋਲ ਪਾਵਰ ਹੋਏਗੀ, ਕਿਤੇ ਨਾ ਕਿਤੇ ਜਾ ਕੇ ਉਹ ਹੰਕਾਰੀ ਵੀ ਅੱਤ ਦਰਜੇ ਦਾ ਬਣ ਜਾਏਗਾ।
ਉਹ ਕਦੇ ਮਨੁੱਖਤਾ ਦੇ ਭਲਾਈ ਦੇ ਲਈ ਕਦੇ ਕਾਰਜ ਨਹੀਂ ਕਰ ਸਕਦਾ, ਕਿਸੇ ਛੋਟੇ ਦੇ ਨਿਮਾਣੇ ਦੀ ਕਦੇ ਗੱਲ ਨਹੀਂ ਸਕੇਗਾ, ਸੁਣ ਸਕੇਗਾ, ਕਿਉਂਕਿ ਉਹਦੇ ਕੋਲ ਸੱਤਾ ਹੈ, ਸੱਤਾ ਦੇ ਵਿੱਚ ਅਹੰਕਾਰ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਦੇਖ ਕਦੇ ਖਾਲਸਾ ਤੇ ਕਦੇ ਗੁਣਾਂ ਦਾ, ਇਹਨਾਂ ਚਾਰ ਗੁਣਾਂ ਦਾ ਧਾਰਨੀ ਹੋ ਕੇ ਕਦੇ ਜਿਹੜਾ ਸੀ ਹਿੰਮਤ ਦੇ ਕਾਰਨ, ਦ੍ਰਿੜਤਾ ਦੇ ਕਾਰਨ ਕਦੇ ਇੱਧਰ ਹੰਕਾਰ ਹੀ ਨਾ ਆ ਜਾਏ, ਇਸ ਕਰਕੇ ਇਹਦੇ ਨਿਵਾਣ ਤਲ ਦੇ ਵਿੱਚ ਰਹੇ। ਇਹਦੇ ਵਿੱਚ ਨਿਮਰਤਾ ਹੋਣੀ ਵੀ ਅੱਤ ਜ਼ਰੂਰੀ ਹੈ, ਇਹਦੇ ਵਿੱਚ ਗਰੀਬੀ ਦਾ ਭਾਵ ਹੋਣਾ ਵੀ ਅੱਤ ਜ਼ਰੂਰੀ ਹੈ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸੇ ਦਾ ਪੰਜਵਾਂ ਗੁਣ ਪ੍ਰਗਟ ਕੀਤਾ ਸੀ ਕਿ ਉਹ ਸਾਹਿਬ ਸੀ। ਸਾਹਿਬ ਦਾ ਅਰਥ ਹੈ ਨਿਮਰਤਾ। ਤੁਸੀਂ ਵੇਖੋ ਇਸੇ ਸਤਿਗੁਰੂ ਪਾਤਸ਼ਾਹ ਜੀ ਦੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਤੋਂ ਤੁਸੀਂ ਵੇਖੋ ਪੰਜ ਪ੍ਰਧਾਨੀ ਸਿਸਟਮ ਕਾਇਮ ਸੀ, ਜੋ ਕੱਲ੍ਹ ਰੋਜ਼ ਦੇ ਵਿਚਾਰ ਦੇ ਵਿੱਚ ਆਪ ਜੀ ਨੇ